ਨੌਕਰੀਆਂ ਰੱਦ ਕਰੋ, ਰੱਦ ਕਰੋ, ਰੱਦ ਕਰੋ। ਐਮਐਲਏ ਦੇ ਮੁੰਡਿਆਂ ਦੀਆਂ ਨੌਕਰੀਆਂ ਰੱਦ ਕਰੋ, ਰੱਦ ਕਰੋ। ਕੋਈ ਵੋਟ ਲਾ ਕੇ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਲੋਕਾਂ ਦੇ ਰਾਖੇ ਹਾਂ, ਅਸੀਂ ਲੋਕਾਂ ਦੇ ਹੱਕਾਂ ਪਿੱਛੇ ਲੜਨ ਵਾਲੇ ਹਾਂ। ਮੈਂ ਮਸੀਹਾ ਪੰਜਾਬ ਦਾ। ਕੈਪਟਨ ਅਮਰਿੰਦਰ ਸਿੰਘ ਚਾਹੇ ਕਰੋੜਾਂ ਦੇ ਬੈਨਰ ਲਾ ਲਏ, ਪਰ ਇਸ ਵਾਰ ਉਹ ਲੋਕਾਂ ਨੂੰ ਬੁੱਧੂ ਨਹੀਂ ਬਣਾ ਸਕਦਾ ਹੈਗਾ। ਕੈਪਟਨ ਅਮਰਿੰਦਰ ਸਿੰਘ ਨੇ ਜੇ ਫੈਸਲੇ ਵਾਪਸ ਨਾ ਲਏ, ਘਰ ਘਰ ਨੌਕਰੀ ਦੇਣ ਦੀ ਜਿਹੜੀ ਗੱਲ ਕਰੀ ਸੀ, ਘਰ ਘਰ ਨੌਕਰੀ ਤਾਂ ਨਹੀਂ ਮਿਲੀ ਹੈਗੀ, ਘਰ ਘਰ ਬੇਰੁਜ਼ਗਾਰੀ ਹੋ ਗਈ ਅਤੇ ਘਰ ਘਰ ਖੁਦਕੁਸ਼ੀ ਹੋ ਰਹੀ ਹੈ। ਚਮਚਾਗਿਰੀ ਜੁੱਤੀਆਂ ਚੱਕਣਾ ਸਾਡਾ ਜ਼ਮੀਰ ਨਹੀਂ ਮੰਨਦਾ। ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਸਾਹ ਚੱਲਦੇ ਨੇ। ਜੇ ਤੁਸੀਂ ਸਾਡੇ ਨਾਲ ਰਹੇ, ਅਸੀਂ ਪਿੱਛੇ ਨਹੀਂ ਹਟਦੇ। ਲਗਾ ਦੇਂਗੇ ਆਗ ਪਾਣੀ ਕੋ, ਸ਼ਰਾਰਤ ਹੋਗੀ ਤੋ ਵੈਸੀ ਹੋਗੀ, ਮਿਟਾ ਦੇਂਗੇ ਹਸਤੀ ਮੋਤੀ, ਬਗਾਵਤ ਹੋਗੀ ਤੋ ਵੈਸੀ। ਨੌਕਰੀ ਲੈਣ ਵਾਸਤੇ ਜਿਹੜੀ ਡਿਗਰੀ ਹੈ ਉਹ ਐਮਐਲਏ ਦਾ ਮੁੰਡਾ ਹੋਣਾ ਪਊਗਾ। ਐਲੀਜੀਬਿਲਟੀ ਬਦਲ ਦਿੱਤੀ ਗਈ ਹੈ। ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਐਮਫਿਲ ਹੈ, ਪੀਐਚਡੀ, ਐਨਐਟ ਹੈ, ਬੀਐਡ ਹੈ, ਟੈਟ ਹੈਗਾ, ਉਹ ਇਹਨਾਂ ਨੇ ਐਲੀਜੀਬਿਲਟੀ ਖਤਮ ਕਰਤੀ। ਇਹਨਾਂ ਨੇ ਤਾਂ ਐਲੀਜੀਬਿਲਟੀ ਇੱਕ ਬਣਾ ਦਿੱਤੀ, ਜਾਂ ਐਮਐਲਏ ਬਣ ਜਾਓ ਜਾਂ ਫਿਰ ਇਹਨਾਂ ਦੀ ਝੋਲੀ ਚੱਕ ਬਣ ਜਾਓ, ਫਿਰ ਨੌਕਰੀ ਮਿਲ ਜੂਗੀ। ਤਾਂ ਵੀਰੋ, ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਆਪਣੇ ਆਪ ਨੂੰ ਵੋਟ ਲਾ ਕੇ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਲੋਕਾਂ ਦੇ ਰਾਖੇ ਹਾਂ, ਅਸੀਂ ਲੋਕਾਂ ਦੇ ਹੱਕਾਂ ਪਿੱਛੇ ਲੜਨ ਵਾਲੇ ਹਾਂ। ਮੈਂ ਮਸੀਹਾ ਪੰਜਾਬ ਦਾ। ਕੈਪਟਨ ਅਮਰਿੰਦਰ ਸਿੰਘ ਚਾਹੇ ਕਰੋੜਾਂ ਦੇ ਬੈਨਰ ਲਾ ਲਏ, ਪਰ ਇਸ ਵਾਰ ਉਹ ਲੋਕਾਂ ਨੂੰ ਬੁੱਧੂ ਨਹੀਂ ਬਣਾ ਸਕਦਾ ਹੈਗਾ। ਕੈਪਟਨ ਅਮਰਿੰਦਰ ਸਿੰਘ ਨੇ ਜੇ ਫੈਸਲੇ ਵਾਪਸ ਨਾ ਲਏ, ਘਰ ਘਰ ਨੌਕਰੀ ਦੇਣ ਦੀ ਜਿਹੜੀ ਗੱਲ ਕਰੀ ਸੀ, ਘਰ ਘਰ ਨੌਕਰੀ ਤਾਂ ਨਹੀਂ ਮਿਲੀ ਹੈਗੀ, ਘਰ ਘਰ ਬੇਰੁਜ਼ਗਾਰੀ ਹੋ ਗਈ ਅਤੇ ਘਰ ਘਰ ਖੁਦਕੁਸ਼ੀ ਹੋ ਰਹੀ ਹੈਗੀ। ਇਹ ਕਰੇ ਕੈਪਟਨ ਸਰਕਾਰ ਨੇ, ਅਤੇ ਹੁਣ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਹੈ, ਅਤੇ ਇਹ ਕੈਪਟਨ ਸਰਕਾਰ ਨੂੰ ਪੰਜਾਬ ਸਰਕਾਰ ਮੁਰਦਾਬਾਦ। ਐਮਐਲਏ ਦੇ ਮੁੰਡਿਆਂ ਦੀਆਂ ਨੌਕਰੀਆਂ ਰੱਦ ਕਰੋ, ਰੱਦ ਕਰੋ, ਰੱਦ ਕਰੋ। ਐਮਐਲਏ ਦੇ ਮੁੰਡਿਆਂ ਦੀਆਂ ਨੌਕਰੀਆਂ ਰੱਦ ਕਰੋ, ਰੱਦ ਕਰੋ, ਰੱਦ ਕਰੋ। ਆਪਣੇ ਫੈਸਲੇ ਰੱਦ ਕਰੋ, ਰੱਦ ਕਰੋ। ਜਾਂ ਫਿਰ ਇਹਨਾਂ ਲੀਡਰਾਂ ਦੇ, ਕੈਪਟਨ ਦੇ, ਇਹਨਾਂ ਦੇ ਐਮਐਲਏ ਦੇ ਜੁੱਤੀਆਂ ਚੱਟਣੀਆਂ ਪੈਣੀਆਂ ਨੇ, ਚਮਚਾਗਿਰੀ ਕਰਨੀ ਪੈਣੀ ਹੈ, ਜਾਂ ਫਿਰ ਸਾਨੂੰ ਲੜਨਾ ਪੈਣਾ ਹੈ। ਚਮਚਾਗਿਰੀ ਜੁੱਤੀਆਂ ਚੱਟਣਾ ਸਾਡਾ ਜ਼ਮੀਰ ਨਹੀਂ ਮੰਨਦਾ। ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਸਾਹ ਚੱਲਦੇ ਨੇ। ਜੇ ਤੁਸੀਂ ਸਾਡੇ ਨਾਲ ਰਹੇ, ਅਸੀਂ ਪਿੱਛੇ ਨਹੀਂ ਹਟਦੇ। ਲਗਾ ਦੇਂਗੇ ਆਗ ਪਾਣੀ ਕੋ, ਸ਼ਰਾਰਤ ਹੋਗੀ ਤੋ ਵੈਸੀ ਹੋਗੀ, ਮਿਟਾ ਦੇਂਗੇ ਹਸਤੀ ਜੁਰਮੋ ਕੀ, ਬਗਾਵਤ ਹੋਗੀ ਤੋ ਵੈਸੀ ਹੋਗੀ। ਮੈਂ ਨਾਲ ਹੀ ਬੇਨਤੀ ਕਰਦਾ ਬਾਈ ਗੁਰਜੀਤ ਨੂੰ ਕਿ ਉਹ ਵੀ ਆਪਣੇ ਵਿਚਾਰ। ਤੇ ਅੱਜ ਅਸੀਂ ਜਿਹੜਾ ਵਿਰੋਧ ਕਰ ਰਹੇ ਹਾਂ, ਪੰਜਾਬ ਸਰਕਾਰ ਦੀ ਨਵੀਂ ਸਕੀਮ ਹੈ ਜਿਹੜੀ ਐਮਐਲਏ ਘਰ ਰੋਜ਼ਗਾਰ, ਉਹਦੇ ਵਿਰੋਧ ਵਿੱਚ ਇਕੱਠੇ ਹੋਏ ਹਾਂ। ਇਹਨਾਂ ਨੇ ਸਰਕਾਰ ਬਣਾਉਂਦੇ ਹੀ ਪਹਿਲਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਡੀਐਸਪੀ ਦੀ ਨੌਕਰੀ ਦਿੱਤੀ, ਅਤੇ ਹੁਣ ਪੰਜਾਬ 2003-3000 ਰੁਪਇਆ ਜਿਹੜੀ ਫੀਸ ਹੈ ਉਹ ਜਿਹੜੀ ਭਰਾ ਲਈ ਜਾਂਦੀ ਹੈ, ਉਹ ਵੀ ਨਹੀਂ ਪਤਾ ਕਿ ਪੇਪਰ ਹੋਊਗਾ ਜਾਂ ਨਹੀਂ ਹੋਊਗਾ।
ਰੱਦ ਵੀ ਕਰ ਦਿੰਦੇ ਕਿਉਂਕਿ ਪੈਸਾ ਇਕੱਠਾ ਹੋ ਗਿਆ। ਨੌਕਰੀ ਤਾਂ ਦੇਣੀ, ਨੌਕਰੀ ਦੇਣੀ ਕਿਹਨੂੰ ਹੈ? ਵਿਧਾਇਕਾਂ ਦੇ ਮੁੰਡਿਆਂ ਨੂੰ। ਸਾਡੇ ਜਵਾਕਾਂ ਨੂੰ ਇਹ ਨੌਕਰੀ ਮਿਲ ਜਾਵੇ। ਸਾਡੇ ਦਰਮਿਆਨ ਜਿਹੜੇ ਸਾਡੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ, ਮੌਜੂਦਾ ਵਿਦਿਆਰਥੀ ਤੇ ਜਿਹੜੇ ਟੈਸਟਾਂ ਦੀ ਤਿਆਰੀ ਕਰ ਰਹੇ ਨੇ ਸਾਰੇ ਖੜੇ ਨੇ, ਅਸੀਂ ਉਹਨਾਂ ਦਾ ਵੀ ਇੱਥੇ ਧੰਨਵਾਦ ਕਰਦੇ ਹਾਂ। ਅਤੇ ਮੈਂ ਬੇਨਤੀ ਕਰੂੰਗਾ ਬਾਈ ਦੀਪ ਗਰੇਵਾਲ ਕਿ ਉਹ ਵੀ ਆਉਣ ਅਤੇ ਆਪਣੇ ਵਿਚਾਰ ਰੱਖਣ। ਬਾਈ ਦੀਪ ਗਰੇਵਾਲ, ਇਕੱਠੇ ਹੋਏ ਹਾਂ, ਕਿਤੇ ਇਹ ਨਾ ਹੋ ਜਾਵੇ ਆਪਾਂ ਲਾਇਬ੍ਰੇਰੀਆਂ 'ਚ ਕਿਤਾਬਾਂ ਪੜ੍ਹਦੇ ਰਹਿ ਜਾਈਏ ਅਤੇ ਨੌਕਰੀਆਂ MLA ਦੇ ਜਵਾਕਾਂ ਨੂੰ ਦੇ ਦਈਏ। ਅਤੇ ਮੈਂ ਤੁਹਾਨੂੰ ਗੱਲ ਦੱਸਦਾ, ਕੱਲ੍ਹ ਸਾਡਾ ਸਰ ਕਹਿੰਦਾ ਵੀ ਪੜ੍ਹ ਪੁੜ੍ਹ ਵੀ ਲਿਆ ਕਰੋ, ਵੀ ਲੀਡਰੀਆਂ ਕਰਨ ਜੋਗੇ ਰਹਿ ਜਾਓਗੇ। ਕੱਲ੍ਹ ਮੇਰੇ ਕੋਲ ਜਵਾਬ ਨਹੀਂ ਆਇਆ, ਅੱਜ ਮੈਨੂੰ ਜਵਾਬ ਮਿਲ ਗਿਆ ਵੀ ਪੰਜਾਬ ਸਰਕਾਰ ਸਾਨੂੰ ਭਾਵੇਂ ਨੌਕਰੀ ਨਾ ਦੇਵੇ ਪਰ ਜੇ ਅਸੀਂ MLA ਬਣ ਕੇ ਸਾਡੇ ਜਵਾਕਾਂ ਦਾ ਫਿਊਚਰ ਸਿਕਿਓਰ ਹੋ ਜੂਗਾ। ਵੀ ਉਹਨਾਂ ਵਾਸਤੇ ਜਿਹੜਾ ਪੰਜਾਬ ਸਰਕਾਰ ਨੇ ਕ੍ਰਾਈਟੇਰੀਆ ਰੱਖਿਆ, ਹੋਰ ਆਪਾਂ ਪੜ੍ਹਨ ਲਈ ਜਾਂ ਫਾਰਮ ਭਰਨ ਲਈ ਲਾ ਰਹੇ ਹਾਂ, ਜਿਹੜੀਆਂ ਅੱਜ ਸਾਰਿਆਂ ਨੇ ਮਾਤ 'ਚ ਡਿਗਰੀਆਂ ਦਿੱਤੀਆਂ, ਉਹ ਆਪਾਂ ਜਿਹੜੀਆਂ ਆਪਣੀਆਂ ਡਿਗਰੀਆਂ ਫੂਕ ਕੇ ਜਿਹੜਾ ਆਪਾਂ ਵਿਰੋਧ ਕਰਨਾ ਸਾਰਿਆਂ ਦਾ। ਸਿੱਧੇ ਗੱਲ ਡਿਗਰੀ ਸਿੱਧੇ ਗੱਲ ਥੱਲੇ ਚੰਗੀ ਤਰ੍ਹਾਂ ਸਾਰੇ ਉੱਪਰ ਸਿੱਟ ਦੇ ਬਾਈ, ਇੱਦਾਂ ਖੜ ਜਾ ਲੱਗ ਲੈਣ ਪੰਜਾਬ ਸਰਕਾਰ ਮੁਰਦਾਬਾਦ, 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 ਪੰਜਾਬ ਸਰਕਾਰ ਮੁਰਦਾਬਾਦ, 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 ਪੰਜਾਬ ਸਰਕਾਰ ਸ਼ਰਮ ਕਰੋ, ਨੌਕਰੀਆਂ ਦਾ ਪ੍ਰਬੰਧ ਕਰੋ। ਇਹਦਾ ਪ੍ਰੋਟੈਸਟ ਕਰਨ ਦਾ ਮੇਨ ਰੀਜ਼ਨ ਇਹ ਹੈ ਕਿ ਜਿਹੜੀਆਂ ਪਿੱਛੇ ਜਿਹੜੇ ਇਹਨਾਂ ਨੇ ਤਿੰਨ ਵਿਧਾਇਕਾਂ ਦੇ ਜਿਹੜੇ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਨੇ ਉਹਦਾ ਅਸੀਂ ਅੱਜ ਜਿਹੜਾ ਆਪਣੀਆਂ ਡਿਗਰੀਆਂ ਫੂਕ ਕੇ ਵਿਰੋਧ ਕੀਤਾ, ਕਿਉਂਕਿ ਸਾਡੀਆਂ ਜਿਹੜੀਆਂ ਡਿਗਰੀਆਂ ਨੇ ਉਹ ਤਾਂ ਕਿਸੇ ਕੰਮ ਦੀਆਂ ਰਹੀਆਂ ਨਹੀਂ। ਪਹਿਲਾਂ ਤਾਂ ਅਸੀਂ ਲੱਖਾਂ ਰੁਪਇਆ ਲਾ ਕੇ ਜਿਹੜੀਆਂ ਪੜ੍ਹਾਈ ਕੀਤੀ ਹੈ, ਡਿਗਰੀਆਂ ਪ੍ਰਾਪਤ ਕੀਤੀਆਂ ਨੇ, ਉਸ ਤੋਂ ਬਾਅਦ ਉਹਨਾਂ ਦਾ ਕੋਈ ਮੁੱਲ ਤਾਂ ਰਿਹਾ ਨਹੀਂ, ਤਾਂ ਅਸੀਂ ਜਿਹੜਾ ਵਿਰੋਧ ਦੇ ਵਿੱਚ ਜਿਹੜਾ ਅੱਜ ਅਸੀਂ ਡਿਗਰੀ ਫੂਕ ਜਿਹੜਾ ਮੁਹਿੰਮ ਹੈ ਸ਼ੁਰੂ ਕੀਤੀ ਹੈ ਯੂਨੀਵਰਸਿਟੀ। ਕੀ ਲੱਗਦਾ ਤੁਹਾਨੂੰ ਇੱਦਾਂ ਕਰਨ ਨਾਲ ਕੋਈ ਹੱਲ ਹੋਊਗਾ ਇਹ? ਹਾਂਜੀ, ਹੱਲ ਕਿਉਂ ਨਹੀਂ ਹੋਊਗਾ, ਕਿਉਂਕਿ ਜੇ ਅੱਜ ਅਸੀਂ CMCT ਦੇ ਵਿੱਚ ਬੈਠੇ ਹਾਂ, ਇੱਥੋਂ ਦੀ ਜਿਹੜੀ ਹਰ ਗੱਲਬਾਤ ਹੈ ਜਿਹੜੀ ਪੂਰੇ ਪੰਜਾਬ 'ਚ ਜਾਂਦੀ ਹੈ, ਕਿਉਂਕਿ ਜਿਹੜੀ ਅੱਜ ਇਹ ਡਿਗਰੀ ਮੁਹਿੰਮ ਹੈ ਜਿਹੜੀ ਸ਼ੁਰੂ ਕੀਤੀ ਉਹ ਘਰ ਘਰ ਤੱਕ ਜਾਊਗੀ ਅਤੇ ਜਿਹੜਾ ਇਹਦਾ ਹੱਲ ਹੈ ਜਿਹੜਾ ਜ਼ਰੂਰ ਹੋਊਗਾ, ਕਿਉਂਕਿ ਆਉਣ ਜਿਹੜਾ ਬਾਈ ਦੇ ਵਿੱਚ ਇਲੈਕਸ਼ਨ ਹੈ ਤਾਂ ਇਹੀ MLA ਹੈ ਜਿਹੜੇ ਵੋਟਾਂ ਮੰਗਣ ਜਾਣਗੇ, ਤਾਂ ਲੋਕ ਇੰਨੇ ਬੋਲੇ ਜਾਂ ਕਮਲੇ ਨਹੀਂ ਹੈਗੇ, ਉਹ ਉਹਨਾਂ ਨੂੰ ਘੇਰਨਗੇ, ਉਹਨਾਂ ਤੋਂ ਸਵਾਲ ਜਵਾਬ ਕਰਨਗੇ ਕਿ ਜਿਹੜੀਆਂ ਘਰ ਘਰ ਨੌਕਰੀ ਦਾ ਜਿਹੜਾ ਵਾਅਦਾ ਸੀ ਉਹ ਕਿੱਥੇ ਹੈ, ਅਤੇ ਉਹਨਾਂ ਦੇ ਫਿਰ ਮੈਨੂੰ ਇਹ ਲੱਗਦਾ ਉਹਨਾਂ ਦੇ ਡਾਂਗ ਦਾ ਜੁੱਤੀਆਂ ਦਾ ਜ਼ਰੂਰ ਇਸ ਵਾਰੀ ਫਿਰਨਗੀਆਂ। ਗੱਲ ਕਰੀਏ ਆਪਾਂ, ਬਹੁਤ ਨੌਜਵਾਨ ਨੇ ਬੇਰੁਜ਼ਗਾਰ ਅਧਿਆਪਕਾਂ ਦੀ ਗੱਲ ਕਰ ਲਈ, ਰੋਜ਼ ਹਰ ਰੋਜ਼ ਲਾਠੀਚਾਰਜ ਹੁੰਦੇ ਨੇ ਕਿ ਪੜ੍ਹਾਈ ਦਾ ਮੁੱਲ ਇਹੀ ਹੈ ਵੀ ਹੁਣ ਆਉਣ ਵਾਲੇ ਸਮੇਂ 'ਚ ਪੜ੍ਹਾਈ ਦਾ ਕੋਈ ਤਵੱਜੋ ਨਹੀਂ ਦਊਗਾ ਕੋਈ। ਹਾਂ, ਇਹੀ ਤਾਂ ਹੋ ਰਿਹਾ, ਕਿਉਂਕਿ ਜੇ ਤੁਸੀਂ ਨੌਕਰੀ ਲੈਣੀ ਹੈ, ਤੁਹਾਡਾ ਕੋਈ ਮਾਂ ਬਾਪ, ਤੁਹਾਡਾ ਕੋਈ ਰਿਸ਼ਤੇਦਾਰ, ਕੋਈ ਚੇਅਰਮੈਨ ਜਾਂ ਉਹਦਾ ਕੋਈ PA ਹੋਣਾ ਚਾਹੀਦਾ, MLA ਦਾ, ਕਿਸੇ ਮੰਤਰੀ ਦਾ, ਜਾਂ ਫਿਰ ਤੁਸੀਂ ਖੁਦ MLA ਦੇ ਮੁੰਡੇ ਹੋਣੇ ਚਾਹੀਦੇ ਹੋ ਜੇ ਤੁਸੀਂ ਨੌਕਰੀ ਲੈਣੀ ਹੈ, ਕਿਉਂਕਿ ਇਹ ਭੱਦਾ ਮਜ਼ਾਕ ਹੈ ਜਿਹੜਾ ਪੜ੍ਹਨ ਵਾਲਿਆਂ ਨਾਲ ਕੀਤਾ, ਅਤੇ ਪਿੱਛੇ ਜਿਹਾ ਰੋਜ਼ਾਨਾ ਦੇਖ ਹੀ ਰਹੇ ਹਾਂ, ਜਿਹੜਾ ਘਰ ਘਰ ਨੌਕਰੀ ਤਾਂ ਦੂਰ ਦੀ ਗੱਲ ਹੈ, ਅਤੇ ਜਿਹੜੇ ਨੌਕਰੀ ਲੈਣ ਆਉਂਦੇ ਆ ਉਹਨਾਂ ਨੂੰ ਜਿਹੜਾ ਗਿਫਟ ਦੇ ਵਿੱਚ ਜਿਹੜੀਆਂ ਡਾਂਗਾਂ ਜਿਹੜੀਆਂ ਉਹਨਾਂ ਨੂੰ ਸੱਟਾਂ ਦਿੰਦੇ ਆ, ਪਿੱਛੇ ਜਿਹੜਾ ਤੁਸੀਂ ਦੇਖਿਆ ਜਿਹੜਾ ਟਾਵਰ 'ਤੇ ਬੈਠਿਆ 3 ਮਹੀਨੇ ਹੋ ਗਏ, ਅਤੇ ਉਹਨੂੰ ਤਰਸ ਦੇ ਆਧਾਰ 'ਤੇ ਨੌਕਰੀ ਨਹੀਂ ਦਿੱਤੀ ਜਾ ਰਹੀ, ਜਿਹੜੇ 34-34 ਸਾਲ ਬਾਅਦ ਜਿਹੜੇ ਉਹਨਾਂ ਨੂੰ ਤਰਸ ਦੇ ਆਧਾਰ 'ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਰਿਹਾ, ਕਿਉਂਕਿ ਵਿਚਾਰੇ ਗਰੀਬ ਨੇ, ਉਹਨਾਂ ਦੇ ਘਰ ਰੋਟੀ ਪਾਣੀ ਤਾਂ ਪੱਕਦਾ ਨਹੀਂ ਹੈਗਾ, ਜਿਹੜੇ ਇਹ ਨੌਕਰੀ ਕਰਨਗੇ ਸ਼ਾਇਦ ਉਹਨਾਂ ਦੇ ਜਿਹੜੇ ਘਰ ਬਾਰ ਹੈ ਰਵਨੀਤ ਬਿੱਟੂ ਵਰਗਿਆਂ ਦੇ, ਰਕੇਸ਼ ਪਾਂਡੇ ਵਰਗਿਆਂ ਦੇ, ਜਿਹੜੇ ਉਹਨਾਂ ਦੇ ਘਰ ਚੱਲ ਜਾਣਗੇ।